ਘਰ ਦੇ ਕੀ ਕਹਿੰਦੇ ਜਦੋਂ ਫੋਨ ਆਏ ਪਿੰਡਾਂ ਚੋਂ? ਬਹੁਤ ਬਹੁਤ ਵਧਾਈਆਂ ਦਿੱਤੀਆਂ ਵੀਰੇ, ਵੀ ਜਿਵੇਂ ਹੁਣ 3 ਮਹੀਨਿਆਂ ਦੇ ਆਪਾਂ ਡਟੇ ਆ, ਵੀ ਏਦਾਂ ਹੀ ਡਟ ਕੇ ਰਹੋ, ਆਪਾਂ ਜਿੱਦਾਂ ਇਹਨਾਂ ਨੇ ਲਿਖਤੀ ਰੂਪ ਚ ਦਿੱਤਾ ਉਦਾਂ ਹੀ ਪਿੰਡ ਮੁੜਾਂਗੇ। ਲੋਕਾਂ ਦੇ ਇੱਕੇ ਤੇ ਜਿੱਤ ਹੋਈ ਹੈ। ਪੀਐਮ ਨੇ ਸਾਡੇ ਨੇ ਗਲਤ ਫੈਸਲਾ ਲਿਆ ਸੀ। ਬਹੁਤ ਕੁਝ ਸਿੱਖਿਆ ਹੈ ਦੋਲਨ ਤੋਂ। ਪਹਿਲੀ ਗੱਲ ਤਾਂ ਇੱਕ ਆ, ਇਹ ਚੀਜ਼ ਨੇ ਸਭ ਤੋਂ ਵੱਡੀ ਦੇਣ ਦਿੱਤੀ ਹੈ, ਇੱਕ ਆ ਉਹ ਲੋਕ ਸਿੱਖ ਗਿਆ ਬਾਈ। ਪੜਾਕੇ ਪਾਏ, ਭੰਗੜਾ ਪਾਇਆ ਜੀ। ਵੱਡੀ ਚੁਣੌਤੀ ਸੀ, ਦੁਨੀਆ ਕਹਿੰਦੀ ਮੰਨਦੇ ਨੀ, ਕਹਿੰਦਾ ਮੰਨਦਾ ਹੀ ਨੀ। ਆਪ ਹੀ ਵੀਡੀਓ ਬਣਾਈ ਉਹਨਾਂ ਨੇ, ਕਹਿੰਦੇ ਵੀ ਕਾਨੂੰਨ ਵਾਪਸ ਲੈ ਲੇ ਤੇ ਨਾਲ ਹੀ ਆਪਾਂ ਮੈਂ ਮਾਫੀ ਵੀ ਮੰਗਦਾ। ਇਹ ਬਾਬਾ ਨਾਨਕ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਇਸ ਵੇਲੇ ਅਸੀਂ ਟਿੱਕਰੀ ਬਾਰਡਰ ਤੇ ਮੌਜੂਦ ਹਾਂ ਤੇ ਸਵੇਰ ਸਵੇਰ ਦਾ ਮਾਹੌਲ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਹਾਂ। ਦੁੱਧ ਦੀ ਸੇਵਾ ਚੱਲ ਰਹੀ ਹੈ, ਅੱਜ ਵੀ ਸਾਲ ਹੋ ਗਿਆ ਪਰ ਇਹ ਸੇਵਾ ਜਿਉਂਦੀ ਤਿਉਂ ਚੱਲ ਰਹੀ ਹੈ। ਗੁਰੂ ਨਾਨਕ ਦੇ ਜਿਹੜਾ ਖੇਤਾਂ 'ਚੋਂ ਬਰਕਤ ਨਹੀਂ ਜਾਂਦੀ ਤੇ ਗੁਰੂ ਨਾਨਕ ਦੇ ਲੰਗਰਾਂ 'ਚੋਂ ਵੀ ਬਰਕਤ ਨਹੀਂ ਜਾਂਦੀ ਤੇ ਅੱਜ ਇਹ ਬਾਈ ਜਿਹੜੇ ਗੱਡੀ ਲੈ ਕੇ ਆਏ ਆ, ਅੱਜ ਇਹ ਬਾਈ ਦੁੱਧ ਦੀ ਗੱਡੀ ਲੈ ਕੇ ਆਏ ਆ। ਰੋਜ਼ ਗੱਡੀ ਲੈ ਕੇ ਆਉਂਦੇ ਨੇ ਤੇ ਨਾਲ ਲੱਡੂ ਵੀ ਲਿਆਏ ਨੇ ਅੱਜ, ਨਾਲ ਬਰਫੀ ਵੀ ਲੈ ਕੇ ਆਏ ਆ ਤਾਜ਼ੀ, ਕਿਉਂਕਿ ਅੱਜ 3 ਖੇਤੀ ਕਾਨੂੰਨ ਜਿਹੜੇ ਰੱਦ ਹੋਣ ਦੀ ਬਹੁਤ ਵੱਡੀ ਖੁਸ਼ੀ ਵੀ ਹੈ। ਲੱਡੂ ਲੈ ਕੇ ਆਏ ਹੋ, ਬਰਫੀ ਲੈ ਕੇ ਆਏ ਹੋ, ਪੰਜਾਬ ਦੇ ਵਿੱਚ ਕਿੱਦਾਂ ਦਾ ਹੰਗਾਰਾ? ਕਿਉਂਕਿ ਅਸੀਂ ਵੀ ਪੰਜਾਬ ਤੋਂ ਸਿੱਧਾ ਇੱਧਰ ਨੂੰ ਹੀ ਆ ਗਏ ਸੀ। ਪੰਜਾਬ ਦੇ ਵਿੱਚ ਲੋਕ ਕੀ ਸੋਚ ਰਹੇ ਆ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ, ਬਹੁਤ ਖੁਸ਼ੀ ਦੀ ਗੱਲ ਆ ਜੀ। 3 ਕਾਨੂੰਨ ਰੱਦ ਹੋ ਗਏ ਜੀ ਤੇ ਪੂਰੇ ਜਸ਼ਨ ਮਨਾ ਰਹੇ ਨੇ ਪੂਰੇ ਪੰਜਾਬ 'ਚ ਜੀ, ਪੂਰਾ ਵਧੀਆ ਜੀ। ਬਾਬੇ ਨਾਨਕ ਨੇ ਮਿਹਰ ਕਰੀ ਜੀ ਤੇ 3 ਕਾਨੂੰਨ ਰੱਦ ਹੋ ਗਏ, ਬੜੀ ਕਿਰਪਾ ਹੋਈ ਮਾਲਕ ਦੀ ਜੀ। ਕਹਿ ਰਹੇ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਆ। ਇੱਧਰ ਬਜ਼ੁਰਗਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ, ਕਿਉਂਕਿ ਇੱਧਰ ਵੇਖ ਲਓ ਤੁਸੀਂ ਦੁੱਧ ਜਿਹੜਾ ਪਵਾ ਕੇ ਨਾਲ ਦੀ ਨਾਲ ਲੱਡੂ ਵੰਡੇ ਜਾ ਰਹੇ ਆ। ਇੱਧਰ ਦੁੱਧ ਪਾ ਕੇ ਨਾਲ ਦੀ ਨਾਲ ਅੱਜ ਲੱਡੂ ਵੰਡੇ ਜਾ ਰਹੇ ਆ, ਖੁਸ਼ੀਆਂ ਦਾ ਮਾਹੌਲ ਆ। ਇੱਧਰ ਬਜ਼ੁਰਗ ਜਿਹੜੇ ਸਾਡੇ ਖੜੇ ਹੋਏ ਆ, ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ ਜਿਹੜੇ ਦੁੱਧ ਪਵਾਉਣ ਆਏ ਆ। ਬਾਪੂ ਜੀ, 3 ਖੇਤੀ ਕਾਨੂੰਨ ਰੱਦ ਹੋਣ ਜਾ ਰਹੇ ਆ, ਰਾਤ ਵੀ ਮੁੰਡੇ ਪਟਾਕੇ ਚਲਾ ਰਹੇ ਸੀ, ਭੰਗੜੇ ਪਾ ਰਹੇ ਸੀਗੇ, ਤੇ ਕੀ ਮਹਿਸੂਸ ਹੋ ਰਿਹਾ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਖੁਸ਼ੀ ਹੈ ਜੀ, ਬਹੁਤ ਖੁਸ਼ੀ। ਪਿੰਡੋਂ ਫੋਨ ਆਏ ਬਾਪੂ, ਪਿੰਡੋਂ ਫੋਨ ਆਏ ਘਰਾਂ ਚੋਂ, ਕੀ ਕਹਿੰਦੇ ਘਰ ਦੇ? ਚੱਲ ਰਹੇ, ਕਹਿੰਦੇ ਚੜ੍ਹਦੀ ਕਲਾ ਠੀਕ ਆ। ਕੀ ਕਹਿੰਦੇ ਘਰ ਦੇ, ਕੀ ਕਹਿੰਦੇ ਜਦੋਂ ਫੋਨ ਆਏ ਪਿੰਡਾਂ ਚੋਂ? ਬਹੁਤ ਬਹੁਤ ਵਧਾਈਆਂ ਦਿੱਤੀਆਂ ਵੀਰੇ, ਵੀ ਜਿਵੇਂ ਹੁਣ 3 ਮਹੀਨਿਆਂ ਦੇ ਆਪਾਂ ਡਟੇ ਆ, ਵੀ ਏਦਾਂ ਹੀ ਡਟ ਕੇ ਰਹੋ, ਆਪਾਂ ਜਿੱਦਾਂ ਇਹਨਾਂ ਨੇ ਲਿਖਤੀ ਰੂਪ ਚ ਦਿੱਤਾ ਉਦਾਂ ਹੀ ਪਿੰਡ ਮੁੜਾਂਗੇ। ਕਹਿੰਦੇ ਲਿਖਤੀ ਰੂਪ ਚ ਜਦੋਂ ਦੇਤਾ ਉਦੋਂ ਪਿੰਡ ਨੂੰ ਮੁੜਾਂਗੇ ਤੇ ਲੱਡੂ ਵੰਡੇ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਲੈਣਾ ਚ ਖੜਿਆ ਨੂੰ ਜਿਹੜੇ ਬਜ਼ੁਰਗ ਨੇ ਉਹ ਲੱਡੂ ਵੰਡ ਰਹੇ ਆ। ਦੇਖ ਸਕਦੇ ਹੋ ਤੁਸੀਂ ਦੁੱਧ ਪਵਾਉਣ ਇਹ ਵੀਰ ਜਿਹੜੇ ਆਏ ਹੋਏ ਨੇ ਇੱਥੇ ਰੋਜ਼ ਹੀ, ਇਸੇ ਤਰ੍ਹਾਂ ਜਿਹੜਾ ਦੁੱਧ ਦੀ ਸੇਵਾ ਜਿਹੜੀ ਇਹ ਵੀਰ ਹੁਰੀ ਕਰਦੇ ਨੇ ਰੁਪਿੰਦਰ ਜਲਾਲ ਹੋਰਾਂ ਦੇ ਟੈਂਟ ਦੇ ਕੋਲ। ਜਲਾਲ ਜਿਹੜਾ ਟੈਂਟ ਆ ਇੱਥੇ, ਜਲਾਲ ਪਿੰਡ ਦਾ ਜਿਹੜਾ ਟੈਂਟ ਆ, ਉੱਥੇ ਸੇਵਾ ਜਿਹੜੀ ਕੀਤੀ ਜਾਂਦੀ ਆ ਰੋਜ਼ ਹੀ ਕਿਸੇ ਨਾ ਕਿਸੇ ਵੱਲੋਂ, ਤੇ ਦੁੱਧ ਵਰਤਾਇਆ ਜਾਂਦਾ ਕਿਉਂਕਿ ਦੁੱਧ ਦੀ ਬਹੁਤ ਲੋੜ ਰਹਿੰਦੀ ਆ। ਹੋਰ ਵੀ ਲੰਗਰ ਤਾਂ ਜਿਹੜੇ ਚੱਲ ਰਹੇ ਆ ਪਰ ਦੁੱਧ ਦੀ ਵੀ ਲੋੜ ਰਹਿੰਦੀ ਆ। ਸੋ ਪੂਰਾ ਸਾਲ ਹੋ ਗਿਆ ਇਹ ਸੇਵਾ ਚੱਲਦੀ ਨੂੰ ਤੇ ਅੱਜ ਵੀ ਜਿਉਂ ਦੀ ਤਿਉਂ ਜਿਹੜੀ ਇਹ ਸੇਵਾ ਬਰਕਰਾਰ ਹੈ। ਤੇ ਬਜ਼ੁਰਗੋ, ਖੇਤੀ ਕਾਨੂੰਨ ਰੱਦ ਹੋਣ ਜਾ ਰਹੇ ਆ, ਦਿਲ ਦੇ ਵਿੱਚ ਖੁਸ਼ੀ ਹੋਊਗੀ? ਕੀ ਕਹਿੰਦੇ ਨੇ ਜਜ਼ਬਾਤ, ਕੀ ਕਹਿੰਦੇ? ਕਿਲੋ ਖੂਨ ਮੇਰਾ ਰਾਤ ਦਾ ਵੱਧ ਗਿਆ, ਕਿਲੋ ਖੂਨ ਵੱਧ ਗਿਆ। ਹਾਂ, ਮੈਂ ਸਾਰੀ ਰਾਤ ਪਿਆ ਨਹੀਂ, ਬਾਬੇ ਦੀ ਜੋਤ ਲੱਗੀ ਸੀ ਗੁਰੂ ਨਾਨਕ ਦੀ, ਦੀਵਾ ਲਾਇਆ, ਮੱਥਾ ਟੇਕਿਆ, ਮੇਰਾ ਰਾਤ ਬੋਲ ਪੈ ਗਿਆ। ਮੈਂ ਬਾਬੇ ਦੀ ਬਾਣੀ ਪੜ੍ਹਦਾ ਸੀ ਰਾਤ, ਮੈਨੂੰ ਮੇਰੇ ਬੱਚੇ ਦਾ ਘਰੋਂ ਫੋਨ ਆਇਆ, ਕਹਿੰਦੇ ਕਿਵੇਂ? ਮੈਂ ਕਿਹਾ ਮੇਰਾ ਕਿਲੋ ਬਾਹਰ ਵੱਧ ਗਿਆ, ਕਹਿੰਦੇ ਸ਼ੁਕਰ ਆ, ਧੰਨਵਾਦ ਆ ਤੁਹਾਡਾ ਬਾਈ ਜੀ, ਇੰਨੀ ਦਿਆ ਤੁਹਾਡੀ ਪੁੱਤਾਂ ਦੀ ਤੁਹਾਡੀ ਖਾਤਰ ਅਸੀਂ ਬੈਠੇ। 11 ਮਹੀਨੇ ਹੋ ਗਏ ਮੈਨੂੰ, 11 ਮਹੀਨੇ ਹੋ ਗਏ ਅੱਜ ਮੈਨੂੰ ਇੱਥੇ ਬੈਠਿਆ ਨੂੰ। 11 ਮਹੀਨਿਆਂ 'ਚ ਬਾਪੂ ਬਹੁਤ ਕੁਛ ਦੇਖਿਆ ਹੋਣਾ, ਹਨਾ, ਭਾਵੁਕ ਹੋ ਗਏ ਹੋ ਤੁਸੀਂ ਵੀ ਗੱਲ ਕਰਦੇ ਹੋਏ, ਤੁਸੀਂ ਵੀ ਭਾਵੁਕ ਹੋ ਗਏ ਤੇ 11 ਮਹੀਨਿਆਂ 'ਚ ਬੜੇ ਜਿਹੜੇ ਕਿਸਾਨ ਆ ਉਹ ਇੱਥੋਂ ਜਾਨਾਂ ਵੀ ਬਣਿਆ ਦੀਆਂ ਗਈਆਂ ਨੇ, ਬੜੇ ਜਿਹੜੇ ਆ ਫੱਟੜ ਵੀ ਹੋਏ ਨੇ ਇੱਥੇ, ਠੰਡ ਚੱਲੀ ਆ, ਹਨੇਰੀਆਂ ਝੱਲੀਆਂ, ਇੱਥੇ ਮੀਂਹ ਆਉਂਦਾ ਸੀਗਾ, ਛੱਤ ਚੁੰਦੀ ਹੁੰਦੀ ਸੀ ਸਾਡੇ ਵੀ, ਅਸੀਂ ਵੀ ਕਵਰ ਕਰਦੇ ਹਾਂ, ਸਾਡੇ ਵੀ ਯਾਦ ਹੁੰਦਾ ਸੀ। ਯਾਦ ਆਉਂਦੇ ਅੱਜ ਉਹ ਸਾਰੀਆਂ ਚੀਜ਼ਾਂ? ਆਉਂਦੀਆਂ, ਮੀਂਹ ਪੈਂਦਾ ਸੀ, ਇਹ ਥੱਲੇ ਤੰਬੂ ਲਾਇਆ ਸੀ, ਐ ਥੱਲੇ ਨੀਵੇਂ ਤੋਂ ਪੂਰਾ ਪਾਣੀ ਨਾ ਭਰ ਗਿਆ, ਅਸੀਂ ਮੰਜੇ ਤੇ ਸਾਰੇ ਕੱਪੜੇ ਇਕੱਠੇ ਕਰਕੇ ਉੱਤੇ ਪੈ ਗਏ ਗੱਦੇ ਰੱਖ ਕੇ, ਵੀ ਪਾਣੀ ਥੱਲੇ ਜਾਂਦੇ ਜਾਈ ਜਾਂਦੇ ਮੇਰੇ ਕੋਲ ਹਰਿਆਣੇ ਦਾ, ਕਹਿੰਦੇ ਡਰੀ ਨਾ, ਉੱਤੇ ਸੜਕ ਤੇ ਮੇਰੇ ਕਮਰੇ ਜ਼ਿਆਦਾ, ਉੱਥੇ ਮਈਆਂ ਬੁੜੀਆਂ, ਮੈਂ ਉਹਨੂੰ ਦੇਖ ਕੇ ਫਿਰ ਬੁੜਿਆ, ਉਹ ਬੁੜੀਆਂ ਮੇਰੇ ਕੋਲ ਵੀਰੇ ਇੱਥੇ ਪਾਏ, ਉਹਨੇ ਮੈਨੂੰ ਉਹਦੇ ਕੋਲੇ ਪਾਇਆ, ਮੈਂ ਕਿਵੇਂ ਬੋਲ ਜੂ ਉਹਨਾਂ ਨੂੰ, ਉਹ ਸੀਗੇ ਰੋਟਕ ਦੀਆਂ, ਮੈਨੂੰ ਜਾਣੀ ਉੱਥੇ ਜਾ ਨਹੀਂ ਦਿੱਤਾ, ਉੱਥੇ ਰੋਟੀ ਖਾਧੀ ਬੀਜ, ਮੈਂ ਰੋਟੀ ਖਾਣ ਲੱਗਿਆ ਮੇਰਾ ਕਬਲਾ ਪਾਣੀ ਨਾ ਭਰ ਗਿਆ।
ਚਾਹੁੰਦਾ ਪਰ ਅਸੀਂ ਭਗਤ ਕੱਢਿਆ ਇਹ ਲੈਣੀ ਆ ਬੋਲ ਮੇਰਾ ਅੱਡਾ ਪੈ ਗਿਆ ਰਾਤ ਸਾਡਾ ਗੁਰਦਾ ਨਾਨਕਾ ਜੀ ਆਪਣਾ ਸਾਡਾ ਕਿਹੜਾ ਦਿੰਦਾ ਸੀ ਮੈਂ ਬੈਠਾ ਰਿਹਾ ਮੇਰੇ ਕੋਲ ਆਊਗਾ ਸਾਰੇ ਜੁੱਤਾ ਮੈਂ ਨਾ ਮੈਂ ਰੱਖਾ ਉਹ ਨਾ ਹੋ ਜਾ ਕੇ ਘਰੋਂ ਪੋਤੇ ਪੋਤੀਆਂ ਦਾ ਫੋਨ ਆਇਆ ਹੋਣਾ ਕੀ ਕਹਿੰਦੇ ਸੀ ਮੇਰੀਆਂ ਦੋ ਪੋਤੀਆਂ ਇੱਕ ਪੋਤੀ ਮੈਂ ਦੋ ਪੋਤੇ ਆ ਉਹ ਕਹਿੰਦੇ ਬਾਬਾ ਬਾਬਾ ਕਹਿੰਦੇ ਸਾਨੂੰ ਇੱਕ ਟਰੱਕ ਲਿਆ ਟਰੱਕ ਨਿੱਕੇ ਜੋ ਟਰੱਕ ਮੈਂ ਲਿਆਉਂ ਪੁੱਤ ਆਹੋ ਪੰਗਾ ਮੈਥੋਂ ਜਾਨ ਨੂੰ ਜੀ ਤਾਂ ਨੀ ਕਰਦਾ ਹੋਣਾ ਹੁਣ ਨਹੀਂ ਯਾਰ ਦੋਸਤ ਬਣ ਗਏ ਹੋਣੇ ਬਹੁਤ ਅਸੀਂ ਸਾਰੇ ਖੜੇ ਆ ਡਰ ਪੈ ਗਿਆ ਅਸੀਂ ਕਿਸੇ ਪਾਸੇ ਹਿੱਲਣ ਨੂੰ ਕਰੀ ਜਾਂ ਮੋਦੀ ਜਾਂ ਬੂਦਾਂ ਪੱਟ ਕੇ ਜਾਵਾਂਗੇ ਨੀ ਜਾਣਾ ਨੀ ਹੁਣ ਤਾਂ ਸਰਕਾਰ ਕਹਿੰਦੀ ਇਰਾਦੀ ਕਰਤੇ ਹੁਣ ਤਾਂ ਸਰਕਾਰ ਝੁੱਕ ਗਈ ਆ ਹਲੇ ਪੂਰਾ ਕੰਮ ਨੀ ਹੋਇਆ ਮੈਨੂੰ ਜੇ ਕੋਈ ਮਿਲੀ ਨੀ ਅਰੇ ਅੱਡੇ ਬੈਠੇ ਬੰਦੇ ਵਿਛਾ ਨਾ ਕੋਲ ਲੈ ਕੇ ਜਾਵਾਂਗੇ ਤਾਂ ਕਹਿੰਦੇ MSP ਵੀ ਲੈ ਕੇ ਜਾਵਾਂਗੇ ਗੱਲ ਕਰਦੇ ਭਾਵਕ ਹੋ ਗਏ ਸੀਗੇ ਹੋਰ ਵੀ ਬਜ਼ੁਰਗ ਜਿਹੜੇ ਖੜੇ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਇੱਧਰ ਬਜ਼ੁਰਗ ਖੜੇ ਆ ਵੇਖ ਲਓ ਤੁਸੀਂ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਸ਼ਮਸ਼ੇਰ ਅੱਗੇ ਆ ਕੇ ਦਿਖਾ ਦਿਓ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਰੋਜ਼ ਹੀ ਲਾਈਨ ਇੱਦਾਂ ਹੀ ਲੱਗੀ ਰਹਿੰਦੀ ਆ ਤੇ ਉੱਧਰ ਵੀ ਹੋਰ ਜਿਹੜੇ ਆ ਬੈਠੇ ਹੋਏ ਨੇ ਬਜ਼ੁਰਗ ਬੈਠੇ ਹੋਏ ਨੇ ਵੀਰ ਬੈਠੇ ਹੋਏ ਨੇ ਇਹ ਲਾਈਨ ਜਿਹੜੀ ਬਾਹਲੀ ਲੰਮੀ ਹੋ ਗਈ ਇਸ ਕਰਕੇ ਉੱਧਰ ਬੈਠੇ ਹੋਏ ਨੇ ਕਿ ਜਦੋਂ ਇਹ ਲਾਈਨ ਪੂਰੀ ਹੋ ਗਈ ਉਦੋਂ ਜਿਹੜਾ ਫਿਰ ਅਸੀਂ ਵੀ ਜਾ ਕੇ ਲਾਈਨ 'ਚ ਲੱਗਾਂਗੇ ਦੁੱਧ ਲਵਾਂਗੇ ਸਾਲ ਹੋ ਗਿਆ ਸੇਵਾ ਕਰਦਿਆਂ ਨੂੰ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗੋ ਸਰਕਾਰਾਂ ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਜੇ ਗੱਲ ਕਰ ਲਈਏ ਪਾਰਟੀਆਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀਆਂ ਨੇ ਕੋਈ ਕਹਿੰਦਾ ਅਸੀਂ ਬਿੱਲ ਰੱਦ ਕਰਾਏ ਆ ਕਾਨੂੰਨ ਰੱਦ ਕਰਾਏ ਆ ਕੋਈ ਕਹਿੰਦਾ ਅਸੀਂ ਕਾਨੂੰਨ ਰੱਦ ਕਰਾਏ ਆ ਸਿਆਸੀ ਪਾਰਟੀਆਂ ਕੀ ਕਹੋਗੇ ਉਹਨਾਂ ਨੂੰ ਸਿਆਸੀ ਪਾਰਟੀਆਂ ਨੂੰ ਅਸੀਂ ਕਿਸੇ ਨੂੰ ਚੰਗਾ ਨਹੀਂ ਸਮਝਦੇ ਹੈਗੇ ਚਾਹੇ ਕੋਈ ਆਪ ਵਾਲੇ ਨੇ ਚਾਹੇ ਕੋਈ ਅਕਾਲੀ ਨੇ ਚਾਹੇ ਕਾਂਗਰਸੀਏ ਨੇ ਚਾਹੇ ਹਾਥੀ ਵਾਲੇ ਨੇ ਕਿਉਂ ਜਿਹੜਾ ਸਾਡੇ ਲੋਕਾਂ ਦਾ ਸਦਕਾ ਹੈ ਜੋ ਸਾਡਾ ਜਿਵੇਂ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਵੀ ਇਨਕਲਾਬ ਬਿਨਾਂ ਆਪਣਾ ਪਾਰਾ ਤਾਰਾ ਨਹੀਂ ਹੁੰਦਾ ਹੈਗਾ ਅਸੀਂ ਉਸ ਹਿਸਾਬ ਦੇ ਲਗਾਤਾਰ ਮੈਂ ਮਜ਼ਦੂਰ ਪਰਿਵਾਰ ਦੇ ਵਿੱਚੋਂ ਹਾਂ ਅਤੇ ਸਾਰੇ ਲੋਕਾਂ ਨੂੰ ਸਾਡੇ ਪਿਆਰ ਹੈ ਬਹੁਤ ਪਤਾ ਹੈ ਮੈਂ 26 ਤੋਂ ਲਾ ਕੇ ਆਇਆ ਹੋਇਆ ਉਰੇ 26 ਤੋਂ ਲਾ ਕੇ ਆਇਆ ਹੋਇਆ ਅਤੇ ਮੈਂ ਗੀਤਾਂ ਦਾ ਕੰਮ ਕਰਦਾ ਦੋ ਸਟੇਜਾਂ ਦੇ ਤੇ ਆਪਣੀ ਠੇਕਰੀ ਬਾਰਡਰ ਤੇ ਪਕੌੜਾ ਚੌਂਕ ਤੇ ਅੱਜ ਸੁਣਾਓਗੇ ਫਿਰ ਕੁਛ ਕਾਨੂੰਨ ਰੱਦ ਹੋਣ ਦੀ ਖੁਸ਼ੀ ਚ ਸੁਣਾਓਗੇ ਕੁਛ ਹਾਂ ਅੱਜ ਅਸੀਂ ਬਾਬੇ ਨਾਨਕ ਦਾ ਜਸ ਗਾ ਸਕਦੇ ਹਾਂ ਪਰ ਉਹ ਵੀ ਜੋ ਹੁਣ ਜਿਨ੍ਹਾਂ ਨੇ ਜਿਨ੍ਹਾਂ ਦੀ ਸੜਕਾਂ ਦੇ ਵਿੱਚ ਸਾਨੂੰ ਸਾਰੀ ਦੁਨੀਆਂ ਦਾ ਜਿਹੜਾ ਭਾਰ ਡਿੱਗਿਆ ਹੋਇਆ ਸੀ ਬਾਨੀ ਅਡਵਾਨੀ ਦਾ ਉਹ ਬਾਨੀ ਅਡਵਾਨੀ ਦਾ ਭਾਰ ਡਿੱਗਿਆ ਹੋਇਆ ਸੀ ਉਹਦਾ ਸਾਡੇ ਉੱਤੋਂ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਪ੍ਰਕਾਸ਼ ਦੁਬਾਰੇ ਸਾਡੇ 'ਚ ਬਾਬਾ ਨਾਨਕ ਆ ਗਿਆ ਅਤੇ ਉਹ ਗੀਤ ਰਾਹੀਂ ਅਸੀਂ ਨੇ ਉਹ ਮਾਲਕ ਨੇ ਉਹ ਅਸੀਂ ਕਿਰਪਾ ਕਰੀਏ ਮੈਂ ਅਨਪੜ੍ਹ ਬੰਦਾ ਅਤੇ ਲਗਾਤਾਰ ਪਹਿਲਾਂ ਵੀ ਜਥੇਬੰਦੀ ਦੇ ਗੀਤ ਗਾਏ ਨੇ ਹੁਣ ਵੀ ਅਨਪੜ੍ਹ ਦਾ ਗੀਤ ਬਣਾਇਆ ਹੋਇਆ ਤੁਸੀਂ ਧਿਆਨ ਦੇ ਨਾਲ ਸੁਣੋ ਗੁਰੂ ਨਾਨਕ ਜੀ ਪ੍ਰਗਟ ਹੋਇਆ ਗੁਰੂ ਨਾਨਕ ਜੀ ਪ੍ਰਗਟ ਹੋਇਆ ਚਾਨਣ ਕੀਤਾ ਵਿੱਚ ਸੰਸਾਰ ਐਸੀ ਨਾਮ ਦੀ ਪਾਈ ਵਰਖਾ ਲਾਹੇ ਦੁਨੀਆ ਦੇ ਸਿਰ ਤੋਂ ਭਾਰ ਗੁਰੂ ਨਾਨਕ ਜੀ ਪ੍ਰਗਟ ਹੋਇਆ ਬਾਈ ਬਿੱਲਾ ਚੜਕ ਵੀ ਸਾਡੇ ਨਾਲ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲੇ ਦਿਨ ਤੋਂ ਇੱਥੇ ਮੌਜੂਦ ਰਹੇ ਨੇ ਬਾਈ ਕਬੱਡੀ ਦੇ ਖਿਡਾਰੀ ਹੋ ਅਤੇ ਕਹਿੰਦੇ ਰੇਡ ਪਾਉਣ ਆਏ ਸੀਗੇ ਦਿੱਲੀ ਦੇ ਵਿੱਚ ਰੇਡ ਪਾਉਣ ਆਏ ਸੀ ਅਤੇ ਆਪਣੀ ਸਿਰੇ ਲੱਗ ਗਈ ਮਹਾਰਾਜ ਨੇ ਸਿਰੇ ਲਾ ਦਿੱਤੀ ਠੀਕ ਆ ਰੇਡ ਤਾਂ ਇਦੋਂ ਪਹਿਲਾਂ ਉਹਨੂੰ ਸਿਰੇ ਲਾਉਣੀ ਪੈਣੀ ਸੀਗੀ ਰੇਡ ਤਾਂ ਤੂੰ ਪਹਿਲਾਂ ਸਿਰੇ ਲਾਉਂਦਾ ਵਧੀਆ ਰਹਿੰਦਾ ਹੁਣ ਐਂਡ 'ਤੇ ਵੀ ਉਹਨੂੰ ਲਾਉਣੀ ਪੈਗੀ ਠੀਕ ਆ ਹੁਣ ਤਾਂ ਤੈਨੂੰ ਮੈਨੂੰ ਪਤਾ ਜਿਹੜੇ ਸਿੱਖ ਆ ਨਹੀਂ ਪਿੱਛੇ ਨਹੀਂ ਹਟਦੇ ਇਹ ਕੌਮ ਹੀ ਉਹ ਜੀ ਆ ਗੁਰੂ ਦਸਵੇਂ ਪਾਤਸ਼ਾਹ ਦੀ ਠੀਕ ਆ ਇਹ ਪਿੱਛੇ ਨਹੀਂ ਹਟਣ ਵਾਲੀ ਠੀਕ ਆ ਉਹਨੇ ਪਹਿਲਾਂ ਤਾਂ ਦੁਆਬਾ ਬਹੁਤ ਮਾਰੇ ਸੀਗੇ ਮੈਂ ਐਂ ਕਰ ਲੂੰ ਮੈਂ ਐਂ ਕਰ ਲੂੰ ਜਿਹੜਾ ਹੁਣ ਆ 26 ਵਾਲਾ ਫਿਰ ਮੂਹਰੇ ਕਹਿ ਦਿੱਤਾ ਉਹਨੂੰ ਪਤਾ ਲੱਗ ਗਿਆ ਸੀ 26 ਦਾ ਇਸ ਚੀਜ਼ ਤੋਂ ਉਹਨੂੰ ਥੋੜ੍ਹਾ ਜਿਹਾ ਪ੍ਰੋਬਲਮ ਆ ਗਈ ਉਹਨੂੰ ਕਿਹਾ ਪਤਾ ਲੱਗ ਗਿਆ ਹੁਣ ਫਿਰ ਇਹ ਘੇਰਨਗੇ ਦਿੱਲੀ ਨੂੰ ਹੁਣ ਤਾਂ ਦਿੱਲੀ ਹੀ ਨਹੀਂ ਸੀ ਮੁੜਨਾ ਹੁਣ ਤਾਂ ਦਿੱਲੀ ਮੁੜਨਾ ਹੀ ਨਹੀਂ ਸੀ ਆਪਾਂ ਠੀਕ ਹੈ ਨਾ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਕਹਿ ਰਹੀਆਂ ਕੋਈ ਕਹਿ ਰਿਹਾ ਅਸੀਂ ਰੱਦ ਕਰਾਏ ਅਸੀਂ PM ਮੋਦੀ ਨੂੰ ਮਿਲੇ ਤਾਂ ਰੱਦ ਹੋਏ ਆ ਉਹਨਾਂ ਨੂੰ ਕੀ ਕਹੋਗੇ ਹਰ ਕੋਈ ਕ੍ਰੈਡਿਟ ਲੈਣਾ ਚਾਹੁੰਦਾ ਨਹੀਂ ਯਾਰ ਬਾਈ ਸਾਰੇ ਲੈਣ 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 ਨੂੰ ਫਿਰਦੇ ਤਾਂ ਸਾਰੇ ਤਾਂ ਲੈਣ ਨੂੰ ਫਿਰਦੇ ਕੋਈ ਕਹਿਣਗੇ ਅਸੀਂ ਕਰਾਇਆ ਕੋਈ ਅਸੀਂ ਕਰਾਇਆ ਇਹਦਾ ਡਾਂਗ ਨਾ ਹੋਇਆ ਐ ਨਹੀਂ ਹੋਇਆ ਜੇ ਕੋਈ ਇਹਦਾ ਡਾਂਗ ਨਾ ਹੋਇਆ ਹੁਣ ਕੈਪਟਨ ਸਾਹਿਬ ਵੀ ਕਹੀ ਜਾਂਦਾ ਮੈਂ ਕਰਾਇਆ ਠੀਕ ਆ ਦੂਜੇ ਵੀ ਕਹੀ ਜਾਂਦੇ ਅਸੀਂ ਕਰਾਇਆ ਸਾਰੇ ਕਹੀ ਜਾਂਦੇ ਅਸੀਂ ਕਰਾਤੇ ਕੋਈ ਮੂਹਰੇ ਲੱਗਾ ਮੂਹਰੇ ਆ ਕੇ ਕਰਾਇਆ ਉਹਨੇ ਬਿਆਨ ਦਿੱਤਾ ਆਪਦੀ ਆਪ ਜੇ ਤਾਂ ਆਪਾਂ ਕਹਿ ਦਈਏ ਨਾ ਜਾਂ ਕਾਂਗਰਸੀ ਆ ਜਾਂ ਅਕਾਲੀ ਆ ਜਾਂ ਕਾਮ ਵਾਲੇ ਆ ਵੀ ਮੂਹਰੇ ਲਾ ਕੇ ਇਹਨੂੰ ਲੈ ਕੇ ਆਏ ਆ ਮੋਦੀ ਨੂੰ ਫਿਰ ਤਾਂ ਆਪਾਂ ਕਹਿ ਦਈਏ
ਵੀ ਮੂਹਰੇ ਲਾ ਕੇ ਇਹ ਲਿਆਇਆ ਕਿਸਾਨ ਜਿਹਨਾਂ ਕਿਸਾਨਾਂ ਕੋਲੇ ਠੀਕ ਆ ਕਿਸਾਨਾਂ ਕੋਲੇ ਲਿਆ ਕਿਸਾਨਾਂ ਨਾਲ ਗੱਲ ਕਰਾਈ ਆ ਫਿਰ ਤਾਂ ਆਪਾਂ ਮੰਨ ਲਈਏ ਉਹਨਾਂ ਦਾ ਕੱਲ੍ਹ ਬਿਆਨ ਦੇਤਾ ਇਹ ਗੱਲ ਮੰਨਦੇ ਨਾ ਕੱਲ੍ਹ ਬਿਆਨ ਦੇਤਾ ਇਹਦਾ ਜਾ ਕਿਸਾਨ ਰੱਦ ਕਰਾ ਕੇ ਚੱਲੇ ਤਾਂਖੁਸ਼ੀ ਕਿੰਨੀ ਕੀ ਆ ਰੇਡਰਾਂ ਨੇ ਰਾਤ ਨੂੰ ਫਿਰ ਭੰਗੜੇ ਵੀ ਪਾਏ ਜਾਪੀਆਂ ਨੇ ਵੀ ਪਾਏ ਖੁਸ਼ੀ ਪੂਰੀ ਆ ਖੁਸ਼ੀ ਤਾਂ ਪੂਰੀ ਆ ਖੁਸ਼ੀ ਕਰਕੇ ਆਹ ਲੱਡੂ ਵੰਡੀ ਜਾਂਦੇ ਆ ਠੀਕ ਹੈ ਨਾ ਜੇ ਇਹੀ ਮੋਦੀ ਸਿਆਣਾ ਹੁੰਦਾ ਇਹ ਤੂੰ ਪਹਿਲਾਂ ਹੀ ਕਰ ਦਿੰਦਾ ਠੀਕ ਹੈ ਨਾਲੇ ਤਾਂ ਇੰਨੀ ਆਪਦੀ ਕੁੱਤੇ ਖਾਣੀ ਨਾ ਕਰਾਉਂਦਾ ਠੀਕ ਹੈ ਜੇ ਨਹੀਂ ਹੁਣ ਕੁੱਤੇ ਖਾਣੀ ਕਰਾਈ ਆ ਫਿਰ ਵੀ ਐਂਡ 'ਤੇ ਆ ਕੇ ਮੰਨਿਆ ਇਹਨੂੰ ਪਹਿਲਾਂ ਹੀ ਮੰਨਣਾ ਚਾਹੀਦਾ ਸੀ ਇਹ ਚੀਜ਼ਾਂ ਨਾ ਹੁਣ ਜਿਵੇਂ 700 ਕਿਸਾਨ ਸ਼ਹੀਦ ਹੋ ਗਿਆ ਉਹ ਆਪਦੇ ਘਰਾਂ 'ਚ ਘਰੀ ਜਾਂਦਾ ਖੁਸ਼ੀਆਂ ਨਾਲ ਜਵਾਕਾਂ 'ਚ ਜਾਂਦਾ ਉਹ ਹੁਣ ਵਿਚਾਰੇ ਦੀਆਂ ਉੱਥੇ ਡਿੱਡ ਵੱਡੀਆਂ ਗਈਆਂ ਇੱਥੋਂ ਠੀਕ ਹੈ ਨਾ ਨਾਲ ਦੀ ਨਾਲ ਲੱਡੂ ਵੰਡੇ ਜਾ ਰਹੇ ਆ ਇੱਧਰ ਬਜ਼ੁਰਗ ਖੜੇ ਹੋਏ ਨੇ ਲਾਈਨਾਂ ਦੇ ਵਿੱਚ ਵੀਰ ਖੜੇ ਹੋਏ ਨੇ ਜਿਹੜੇ ਦੁੱਧ ਲੈਣ ਦੇ ਲਈ ਆਏ ਨੇ ਬਾਈ ਬਿੱਲਾ ਚੜਿੱਕ ਕਬੱਡੀ ਦੇ ਖਿਡਾਰੀ ਨੇ ਬਹੁਤ ਵੱਡੇ ਪਲੇਅਰ ਨੇ ਇੰਟਰਨੈਸ਼ਨਲ ਲੈਵਲ 'ਤੇ ਖੇਡਣੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਖੁਸ਼ੀ ਜਿਹੜੀ ਉਹਨਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਹੋਰ ਵੀ ਬਜ਼ੁਰਗ ਹਰਿਆਣੇ ਵਾਲੇ ਵੀ ਨੇ ਹਰਿਆਣੇ ਵਾਲੋਂ ਸੇ ਵੀ ਬਾਤ ਕਰੇਂਗੇ ਹਰਿਆਣੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਅੰਦੋਲਨ ਦੇ ਵਿੱਚ ਕਿੱਦਾਂ ਦਾ ਫੀਲ ਹੋ ਰਿਹਾ ਕੀ ਮਹਿਸੂਸ ਹੋ ਰਿਹਾ ਅੱਜ ਜਦੋਂ ਇਹ ਬਿਆਨ ਸੁਣਿਆ ਪੀਐਮ ਦਾ ਕਿ ਕਾਨੂੰਨ ਰੱਦ ਹੋਣਗੇ ਜੀ ਨਹੀਂ ਜੀ ਬਹੁਤ ਵਧੀਆ ਹੋ ਗਿਆ ਹੋਣਾ ਵੀ ਚਾਹੀਦੀ ਹੈ ਬਹੁਤ ਜਲਦੀ ਹੋਣਾ ਚਾਹੀਦਾ ਲੇਟ ਹੋ ਗਿਆ ਹੋਣੇ ਕੇ ਲਈ ਬਹੁਤ ਸਾਨੂੰ ਖੁਸ਼ੀ ਹੈਗਾ ਇਸ ਬਾਤ ਕਾ ਜੀ ਹੈ ਪਰ ਪੰਜਾਬ ਵਾਲਿਆਂ ਨਾਲ ਵੀ ਮੋਹ ਪੈ ਗਿਆ ਹੋਣਾ ਛੱਡ ਕੇ ਜੀ ਜੀ ਕਰਦਾ ਜਾਣ ਨੂੰ ਛੱਡ ਕੇ ਨਹੀਂ ਨਹੀਂ ਜਾਣੇ ਕੇ ਜੀ ਕਰਦਾ ਨਹੀਂ ਜੀ ਕਰਦਾ ਜਾਣੇ ਕੇ ਜੀ ਨਹੀਂ ਕਰਦਾ ਕੀ ਕਹਿੰਦੇ ਕੀ ਗੱਲਾਂ ਕਰਦੇ ਹੁਣ ਤਾਂ ਫਿਰ ਆਹੀ ਗੱਲਾਂ ਚੱਲਦੀਆਂ ਹੋਣੀਆਂ ਵੀ ਚੱਲਦੀਆਂ ਨੇ ਜਹਾਂ ਬਰਾਬਰ ਹੀ ਹੋ ਗਏ ਬਹੁਤ ਖੁਸ਼ੀ ਹੈ ਸਭ ਬਹੁਤ ਨੱਚਦੇ ਟੱਪਦੇ ਬਹੁਤ ਹਾਂ ਰਾਤ ਫਿਰ ਭੰਗੜਾ ਪਾਇਆ ਹਰਿਆਣੇ ਵਾਲਿਆਂ ਨੇ ਪੂਰੇ 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 ਜੀ ਹਾਂ ਜੀ ਤਾਂ ਹੋਰ ਜੀ ਲੱਡੂ ਖਾਓ ਫਿਰ ਲੱਡੂ ਦਿਓ ਬਜ਼ੁਰਗ ਇਹਨਾਂ ਨੂੰ ਲੱਡੂ ਦਿਓ ਤੁਸੀਂ ਤਾਂ ਅਸੀਂ ਭੰਗੜਾ ਪਾਇਆ ਕਹਿੰਦੇ ਪੂਰਾ ਭੰਗੜਾ ਪਾਇਆ ਨੌਜਵਾਨ ਖੜੇ ਨੇ ਨੌਜਵਾਨਾਂ ਨਾਲ ਵੀ ਗੱਲ ਕਰਦੇ ਆ ਬੱਚੇ ਕੀ ਸੋਚਦੇ ਆ ਨੌਜਵਾਨ ਕੀ ਸੋਚਦੇ ਆ ਕੀ ਹੋਇਆ ਇੱਧਰ ਗੱਲ ਕਰ ਲੈਂਦੇ ਹਾਂ ਨੌਜਵਾਨੀ ਬਾਰੇ ਕਿਹਾ ਜਾਂਦਾ ਵੀ ਪੰਜਾਬ ਦੀ ਨੌਜਵਾਨੀ ਵੀ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਰਹੀ ਆ ਨੌਜਵਾਨੀ ਦੀ ਵੀ ਨੌਜਵਾਨੀ ਅੱਜ ਕੀ ਸੋਚਦੀ ਆ ਖੜੀ ਜਦੋਂ ਪੀਐਮ ਦਾ ਇਹ ਬਿਆਨ ਆਇਆ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਬਾਈ ਜੀ ਜਦੋਂ ਆਪਾਂ ਆਉਣੇ ਆ ਹਾਂ ਤਾਂ ਕਰਕੇ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਵੇਖੋ ਕੀ ਹੋਊਗਾ ਹੁਣ ਪਰ ਖੁਸ਼ੀ ਹੁੰਦੀ ਆ ਜਦੋਂ ਸਾਡੇ ਨਾਲ ਦੇ ਵੀ ਅਸੀਂ ਆਉਂਦੇ ਹੁੰਦੇ ਹਾਂ ਅਸੀਂ ਦੋ ਮੁੰਡੇ ਹੀ ਆ ਜਿਹੜੇ ਆਉਂਦੇ ਹਾਂ ਅਤੇ ਜਿਹੜੇ ਸਾਡੇ ਨਾਲ ਦੇ ਸੀ ਉਹ ਹੁਣ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ ਦੱਸ ਕੇ ਜਾਇਆ ਕਰੋ ਹੁਣ ਉਹਨਾਂ ਨੂੰ ਐਂ ਆਸ ਹੋ ਗਈ ਅੱਗੇ ਤਾਂ ਐਂ ਸੀ ਵੀ ਪਤਾ ਨਹੀਂ ਕੀ ਹੋਊਗਾ ਹੁਣ ਉਹ ਸਾਨੂੰ ਕਹਿ ਦਿੰਦੇ ਆ ਵੀ ਸਾਨੂੰ ਦੱਸ ਕੇ ਜਾਇਆ ਕਰੋ ਆਏ ਹਾਂ ਹੁਣ 26 ਤਰੀਕ ਨੂੰ ਆਉਣਗੇ ਸਾਡੇ ਪਿੰਡੋਂ ਬਹੁਤ ਜਣੇ ਹਾਂਜੀ ਹੋਰ ਵੀ ਇੱਥੇ ਬਜ਼ੁਰਗ ਜਿਹੜੇ ਲੈਣਾ 'ਚ ਲੱਗੇ ਹੋਏ ਆ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੱਥੋਂ ਆਏ ਹੋ ਬਾਪੀ ਮੁਆਵਜ਼ਾ ਵੀ ਵਧਾ ਤਾ 18,000 18,500 ਪ੍ਰਤੀ ਏਕੜ ਨੂੰ ਮੁਆਵਜ਼ਾ ਜਿਹੜਾ ਵਧਾ ਦਿੱਤਾ ਗਿਆ ਅੱਜ ਤੇ ਕੀ ਲੱਗਦਾ ਅੱਜ ਖੁਸ਼ੀ ਮਹਿਸੂਸ ਹੋ ਰਹੀ ਆ ਜਿਵੇਂ ਪੀਐਮ ਦਾ ਬਿਆਨ ਆਇਆ ਰਾਤ ਵੀ ਸਾਰੇ ਭੰਗੜੇ ਪਾ ਰਹੇ ਸੀ ਗੱਲ ਇਹ ਹੈ ਵੀ ਜੋ ਵੀ ਹੋਇਆ ਤਕਰੀਬਨ ਇਹ ਲੋਕਾਂ ਦੇ ਏਕੇ ਦੀ ਜਿੱਤ ਹੋਈ ਹੈ ਪੀਐਮ ਨੇ ਸਾਡੇ ਨੇ ਗਲਤ ਫੈਸਲਾ ਲਿਆ ਸੀ ਉਹ ਜਿਹੜਾ ਸਾਡੀ ਪਬਲਿਕ ਦੇ ਸਾਡੇ ਆਮ ਜਿੱਥੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਉੱਥੇ ਸਾਡੀ ਆਮ ਪਬਲਿਕ ਦੇ ਹਿੱਤ ਵਿੱਚ ਵੀ ਨਹੀਂ ਸੀ ਇਸ ਦੇ ਲਈ ਇਹ ਜਿਹੜਾ ਫੈਸਲਾ ਸੀ ਇਹ ਗਲਤ ਲਿਆ ਗਿਆ ਸੀ ਲੋਕਾਂ ਦੇ ਦਬਾਅ ਦੇ ਅੱਗੇ ਜੀ ਤਾਂ ਕਹਿ ਰਹੇ ਨੇ ਲੋਕਾਂ ਦੇ ਏਕੇ ਦੇ ਅੱਗੇ ਜੋ ਹੈ ਸਰਕਾਰ ਝੁਕੀ ਹੈ ਲੋਕਾਂ ਦੇ ਵਿੱਚ ਏਕਾ ਤੇ ਇਹ ਏਕਾ ਕੀ ਇਹ ਏਕਾ ਜਿਹੜਾ ਬਰਕਰਾਰ ਰਹੂਗਾ ਕਿਉਂਕਿ 2022 ਵਿਧਾਨ ਸਭਾ ਚੋਣਾਂ ਵੀ ਨੇ ਪੰਜਾਬ ਦੇ ਵਿੱਚ ਹੁਣ ਏਕਾ ਬਰਕਰਾਰ ਰਹੂਗਾ ਇਦਾਂ ਦੀ ਇਹ ਜਮਾਂ ਬਰਕਰਾਰ ਰਹੂਗਾ ਕੋਈ ਏਕੇ ਨੂੰ ਤੋੜ ਨਹੀਂ ਸਕਦਾ ਬਾਈ ਲੋਕ ਜਿਹੜੇ ਸੀਗੇ ਬਹੁਤ ਕੁਛ ਸਿੱਖਿਆ ਅੰਦੋਲਨ ਤੋਂ ਪਹਿਲੀ ਗੱਲ ਤਾਂ ਏਕਾ ਇਹ ਚੀਜ਼ ਨੇ ਸਭ ਤੋਂ ਵੱਡੀ ਦੇਣ ਦਿੱਤੀ ਹੈ ਏਕਾ ਉਹ ਲੋਕ ਸਿੱਖ ਗਿਆ ਬਾਈ ਕਿਸੇ ਨੂੰ ਨਹੀਂ ਜਾਣਦੇ ਹੁਣ ਇਕੱਲੇ ਤਾਂ ਬਜ਼ੁਰਗ ਜਿਹੜੇ ਤੁਸੀਂ ਦੇਖ ਸਕਦੇ ਹੋ ਲਾਈਨ ਜਿਹੜੀ ਆ ਬਹੁਤ ਲੰਬੀ ਲਾਈਨ ਲੱਗੀ ਹੋਈ ਆ ਪਿੱਛੇ ਤੱਕ ਲਾਈਨ ਲੱਗੀ ਹੋਈ ਆ ਨਾਲ ਹੀ ਨਾਲ ਲੱਡੂ ਵਰਤਾਏ ਜਾ ਰਹੇ ਆ ਤੇ ਮਗਰ ਤੱਕ ਜਿਹੜਾ ਲਾਈਨ ਲੱਗੀ ਹੋਈ ਆ ਗੱਲਬਾਤ ਕਰਾਂਗੇ ਬਜ਼ੁਰਗੋ ਕਿੱਥੋਂ ਆਏ ਹੋ ਤੁਸੀਂ ਬੁਰਸਮੇ ਤੋਂ ਆਏ ਆ ਜੀ ਕਿਹੜਾ ਜ਼ਿਲ੍ਹਾ ਤਲਵੰਡੀ ਸਾਹਿਬ ਉਂ ਜ਼ਿਲ੍ਹਾ ਸਾਡਾ ਬਠਿੰਡਾ ਤਲਵੰਡੀ ਸਾਹਿਬ ਦੇ ਕੋਲ ਬੁਰਸਮਾ ਜੀ ਤਲਵੰਡੀ ਸਾਹਿਬ ਤੋਂ ਆਏ ਹੋ ਤੁਸੀਂ ਕਿੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਸਾਨੂੰ ਹਫਤੇ ਮੂ ਹੋ ਗਿਆ ਜੀ ਇੱਥੇ ਹੁਣ ਹਫਤਾ ਹੋ ਗਿਆ ਤੀਜੀ ਵਾਰ ਆ ਕੇ ਚੌਥੀ ਵਾਰ ਤੀਜੀ ਵਾਰ ਹਾਂ ਜੀ ਤੇ ਘਰੋਂ ਗੱਲ ਹੋਈ ਹੋਣੀ ਆ ਫੋਨ ਆਇਆ ਹੋਣਾ ਵੀ ਰੱਦ ਹੋ ਗਏ ਕਾਨੂੰਨ ਕਿੱਦਾਂ ਦਾ ਮਾਹੌਲ ਆ ਇੱਥੇ ਗੱਲਬਾਤ ਕੀਤੀ ਹੋਣੀ ਮੈਨੂੰ ਫੋਨ ਲਾਉਣਾ ਹੋਗਾ ਆਇਆ ਫੋਨ ਹੋਗਾ ਮੈਂ ਵਧਾਈਆਂ ਦਿੱਤੀਆਂ ਸੀ ਘਰੋਂ ਦਿੱਤੀਆਂ ਵੀ ਪਤਾ ਮੈਂ ਜਿੱਤ ਕੇ ਆਵਾਂਗੀ
ਮਾਹੌਲ ਬਣ ਗਿਆ ਸੀ ਰਾਤ ਵੀ ਅਸੀਂ ਦੇਖ ਰਹੇ ਸੀਗੇ ਡੀਜੇ ਡੂਜੇ ਲੱਗਿਆ ਹੋਇਆ ਸੀ ਡਾਕਟਰ ਸਵੈਮਾਨ ਹੋਰਾਂ ਨੇ ਤਾਂ ਡੀਜੇ ਲਾਇਆ ਸੀ ਭੰਗੜੇ ਪਾ ਰਹੇ ਸੀ ਉਧਰੋਂ ਵੀ ਭਰਾਵਾਂ ਨੇ ਵਧਾਈਆਂ ਦੂਜੀਆਂ ਵਧਾਈਆਂ ਮੰਨੀਆਂ ਵਧਾਈਆਂ ਦਿੱਤੀਆਂ ਵੀ ਹਾਂ ਜੀ ਖੁਸ਼ੀ ਵਾਲੀ ਗੱਲ ਆ ਬਾਬਾ ਸਾਲ ਭਰ ਦੇ ਬੈਠੇ ਹਾਂ ਹਾਂ ਆਪਣੀ ਕਿਸਾਨੀ ਬਾਜੇ ਹਾਂ ਜੀ ਤਾਂ ਇੱਧਰ ਰੁਪਿੰਦਰ ਜਲਾਲ ਹੋਰੀ ਵੀ ਲੱਗੇ ਹੋਏ ਆ ਲਾਈਵ ਕਰ ਰਹੇ ਆ ਇਹ ਵੀ ਡਟੇ ਹੋਏ ਆ ਰੋਜ਼ ਦੇਖਦੇ ਹੁੰਦੇ ਆ ਅਸੀਂ ਤੁਹਾਡਾ ਲਾਈਵ ਬਾਈ ਰੋਜ਼ ਤੁਸੀਂ ਸੇਵਾ ਕਰਦੇ ਹੋ ਇੱਥੇ ਸਾਰੇ ਵੀਰ ਜਿਹੜੀ ਦੁੱਧ ਦੀ ਤੇ ਲੰਮੀ ਲਾਈਨ ਲੱਗ ਜਾਂਦੀ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਬਾਬਾ ਨਾਨਕਾ ਬਾਈ ਬਾਬੇ ਨਾਨਕ ਦੀ ਸੇਵਾ ਕੀਤੀ ਆ ਠੀਕ ਹੈ ਜੀ 13ਵੇਂ ਰਤਨ ਦੀ ਤੇ ਬਾਬੇ ਨਾਨਕ ਨੇ ਜਿੱਤਾ ਤੇ ਠੀਕ ਹੈ ਭਰੋਸਾ ਸੀ ਬਹੁਤ ਵੱਡਾ ਤੁਹਾਡਾ ਸਿਰੜ ਤੇ ਤੁਹਾਡੇ ਗੁਰੂ ਤੇ ਬਾਬੇ ਨਾਨਕ ਤੇ ਤੁਹਾਡਾ ਭਰੋਸਾ ਇੰਨਾ ਹੋਣਾ ਚਾਹੀਦਾ ਵੀ ਵੱਡੀਆਂ ਵੱਡੀਆਂ ਚੁਣੌਤੀਆਂ ਤੁਹਾਡੇ ਮੂਹਰੇ ਛੋਟੀਆਂ ਪੈ ਜਾਣ ਤੇ ਉਹੀ ਗੱਲ ਆ ਵੀ ਵੱਡੀ ਵੱਡੀ ਚੁਣੌਤੀ ਸੀ ਦੁਨੀਆ ਕਹਿੰਦੀ ਮੰਨਦੇ ਨਹੀਂ ਕਹਿੰਦਾ ਮੰਨਦੇ ਹੀ ਨਹੀਂ ਆਪ ਹੀ ਵੀਡੀਓ ਬਣਾਈ ਉਹਨਾਂ ਨੇ ਕਹਿੰਦੇ ਵੀ ਕਾਨੂੰਨ ਵਾਪਸ ਲੈ ਲਏ ਤੇ ਨਾਲ ਹੀ ਆਪਾਂ ਮੈਂ ਮਾਫ਼ੀ ਵੀ ਮੰਗਦਾ ਇਹ ਬਾਬਾ ਨਾਨਕ ਲੱਡੂ ਵੰਡੇ ਜਾ ਰਹੇ ਆ ਵੱਡੀ ਗੱਲ ਕਹੀ ਆ ਰੁਪਿੰਦਰ ਜਲਾਲ ਹੋਰਾਂ ਨੇ ਕਿ ਹੌਸਲੇ ਦੇ ਅੱਗੇ ਜਿਹੜਾ ਆ ਸਭ ਕੁਝ ਚੂਰੋ ਚੂਰੋ ਹੋ ਜਾਂਦਾ ਭਰੋਸਾ ਰੱਖਣਾ ਬਹੁਤ ਜ਼ਰੂਰੀ ਆ ਭਰੋਸਾ ਰੱਖਣਾ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਤੁਹਾਡਾ ਯਕੀਨ ਪੱਕਾ ਹੋਣਾ ਚਾਹੀਦਾ ਕਿ ਅਸੀਂ ਜਿੱਤਾਂਗੇ ਇਹ ਯਕੀਨ ਸੀ ਸਾਡੇ ਬਜ਼ੁਰਗਾਂ ਨੂੰ ਯਕੀਨ ਸੀ ਸਾਡੀ ਕਿਸਾਨੀ ਨੂੰ ਯਕੀਨ ਸੀ ਇਹ ਸਾਡੇ ਪੂਰੇ ਦੇ ਪੂਰੇ ਭਾਰਤ 'ਚ ਵੱਸਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਯਕੀਨ ਸੀ ਕਿ ਅਸੀਂ ਜਿੱਤੇ ਬਿਨਾ ਨਹੀਂ ਮੁੜਦੇ ਤੇ ਵਾਕਈ ਜਿੱਤ ਹੋਈ ਆ ਵਾਕਈ ਜਿੱਤ ਹੋਈ ਆ ਤੇ ਇਸ ਜਿੱਤ ਦੀ ਖੁਸ਼ੀ ਜਿਹੜੀ ਆ ਸਾਰੇ ਸਾਂਝੀ ਕਰ ਰਹੇ ਆ ਪੂਰੇ ਵਿਸ਼ਵ ਦੇ ਵਿੱਚ ਕੀ ਲੱਗਦਾ ਇੱਕ ਪਾਸੇ ਗੁਰੂ ਸਾਹਿਬ ਦਾ ਕੱਲ ਪ੍ਰਕਾਸ਼ ਪੁਰਬ ਸੀ ਦੂਜੇ ਪਾਸੇ ਇੱਕ ਪਾਸੇ ਪ੍ਰਕਾਸ਼ ਪੁਰਬ ਸੀ ਗੁਰੂ ਸਾਹਿਬ ਦਾ ਦੂਜੇ ਪਾਸੇ ਕਾਨੂੰਨ ਰੱਦ ਹੋ ਗਏ ਨੇ ਬਹੁਤ ਖੁਸ਼ੀ ਦੀ ਗੱਲ ਆ ਜੀ ਜਿਹੜੇ ਕਾਨੂੰਨ ਰੱਦ ਹੋ ਗਏ ਪਰ ਅਸੀਂ ਜਿੰਨਾ ਚਿਰ ਲਿਖਤੀ ਰੂਪ ਚ ਸਾਨੂੰ ਉਹ ਨਹੀਂ ਮਿਲਦਾ ਉਨਾ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ ਬਾਕੀ ਜਿਹੜੀਆਂ ਦੂਜੀਆਂ ਮੰਗਾਂ ਰਹਿੰਦੀਆਂ ਜੀ ਉਹ ਸਾਰੀਆਂ ਮਨਾ ਕੇ ਫੇਰ ਘਰਾਂ ਨੂੰ ਜਾਵਾਂਗੇ ਅਸੀਂ ਹਾਂ ਅਸੀਂ ਹੱਲਣ ਵਾਲੇ ਲੋਕ ਨਹੀਂ ਹਾਂ ਕਿਸੇ ਤੋਂ ਡਰਨ ਵਾਲੇ ਲੋਕ ਨਹੀਂ ਹਾਂ ਹਜੇ ਸਾਰੀਆਂ ਮੰਗਾਂ ਕਹਿੰਦੇ ਮਨਾ ਕੇ ਹੀ ਜਾਵਾਂਗੇ MSP ਦੀ ਗਰੰਟੀ ਦੀ ਗੱਲ ਹੈ ਹੋਰ ਜਿਹੜੀਆਂ ਮੰਗਾਂ ਨੇ ਚਾਹੇ ਉਹ ਸਾਰੀਆਂ ਕਹਿੰਦੇ ਮਨਾ ਕੇ ਜਾਵਾਂਗੇ ਤੇ ਜਦੋਂ ਤੱਕ ਜਿਹੜਾ ਆ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਹੁੰਦੇ ਕਾਨੂੰਨ ਉਦੋਂ ਤੱਕ ਇੱਥੇ ਡਟੇ ਰਹਾਂਗੇ ਹੌਸਲੇ ਵੱਡੇ ਸੀ ਹੌਸਲੇ ਬੁਲੰਦ ਸੀ ਇਸੇ ਕਰਕੇ ਜਿੱਤ ਹੋਈ ਆ ਤੁਸੀਂ ਹਰਿਆਣੇ ਤੋਂ ਨਹੀਂ ਪੰਜਾਬ ਤੋਂ ਪੰਜਾਬ ਤੋਂ ਹੀ ਹੋ ਠੀਕ ਹੈ ਮੈਨੂੰ ਲੱਗਿਆ ਸ਼ਾਇਦ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਵੀਰ ਅਸੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਹਾਂਜੀ ਕਿੰਨੇ ਦਿਨਾਂ ਤੋਂ ਇੱਥੇ ਆਏ ਹੋਏ ਹੋ ਸਾਨੂੰ ਤਾਂ ਇਹ 5 ਮਹੀਨੇ ਦਾ ਕਰੀਬ ਹੋ ਗਿਆ ਜੀ ਇੱਥੇ ਹੀ ਕੱਲ ਜਿਹੜਾ ਮਾਹੌਲ ਸੀ ਸਾਰਾ ਖੁਸ਼ੀ ਵਾਲਾ ਸੀ ਦੇਖਣ ਵਾਲਾ ਸੀਗਾ ਸਾਰੇ ਨੱਚ ਟੱਪ ਰਹੇ ਸੀਗੇ ਘਰੇ ਗੱਲਬਾਤ ਹੋਈ ਘਰਦਿਆਂ ਦਾ ਫੋਨ ਆਇਆ ਹੋਣਾ ਘਰ ਦੇ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਜੀ ਤੇ ਸਾਡੇ ਆਪਣੇ ਪਿੰਡ ਦੇ ਵੀ ਸਾਰੇ ਤੇ ਸਾਰੇ ਬਾਕੀ ਸਾਰਾ ਜ਼ਿਲ੍ਹਾ ਤੇ ਸਾਰਾ ਪੰਜਾਬ ਵੀ ਮਨਾਈ ਜਾਂਦਾ ਖੁਸ਼ੀ ਤਾਂ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਵੈਸੇ ਬਾਕੀ ਥੋੜ੍ਹਾ ਜਿਹਾ ਰਹੇ ਕੰਮ ਜੀ ਜਿਹੜਾ ਹੁਣ ਲਿਖਤੀ ਰੂਪ 'ਚ ਦੇ ਤਾਂ ਇੱਦੋਂ ਵੀ ਸਾਰਾ ਕੁਛ ਵਧੀਆ ਆ ਜਾਊਗੀ ਸਰਕਾਰਾਂ ਜੇ ਗੱਲ ਕਰ ਲਈਏ ਜਾਂ ਪਾਰਟੀਆਂ ਗੱਲ ਕਰ ਲਈਏ ਪਾਰਟੀਆਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਾਰਟੀਆਂ ਕਹਿ ਰਹੀਆਂ ਨੇ ਕੋਈ ਕਹਿੰਦਾ ਅਸੀਂ ਕਰਾਏ ਆ ਬਿੱਲ ਰੱਦ ਕੋਈ ਕਹਿੰਦਾ ਵੀ ਸਾਡੇ ਜਾਨ ਨਾਲ ਉੱਥੇ ਰੱਦ ਹੋਏ ਆ ਅਸੀਂ ਧੰਨਵਾਦ ਕਰਦੇ ਹਾਂ PM ਦਾ ਕੀ ਕਹੋਗੇ ਉਹਨਾਂ ਪਾਰਟੀਆਂ ਨੂੰ ਕਿਸੇ ਪਾਰਟੀ ਨੇ ਰੱਦ ਨਹੀਂ ਕਰਾਏ ਜੀ ਸੰਯੁਕਤ ਕਿਸਾਨ ਮੋਰਚੇ ਨੇ ਰੱਦ ਕਰਵਾਇਆ ਕਿਸਾਨਾਂ ਨੇ ਰੱਦ ਕਰਵਾਇਆ ਜਿਹੜੇ ਇੱਥੇ ਡਟੇ ਬੈਠੇ ਜੀ ਉਹਨਾਂ ਨੇ ਰੱਦ ਕਰਵਾਇਆ ਕਿਸੇ ਪਾਰਟੀ ਨੇ ਇਹਦਾ ਕੋਈ ਯੋਗਦਾਨ ਨਹੀਂ ਹੈ ਜੀ ਇਹਦੇ ਵਿੱਚ ਤਾਂ ਵੱਖ ਵੱਖ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਕਿਸਾਨ ਨੇ ਹਰਿਆਣੇ ਦੇ ਨੇ ਪੰਜਾਬ ਦੇ ਨੇ ਇਹ ਇੱਥੇ ਜੋ ਹੈ ਦੁੱਧ ਲੈਣ ਦੇ ਲਈ ਆਏ ਨੇ ਅਤੇ ਗੱਲਬਾਤ ਇਹਨਾਂ ਦੇ ਨਾਲ ਅਸੀਂ ਕਰ ਰਹੇ ਸੀ ਕਹਿ ਰਹੇ ਨੇ ਕਿ ਬੇਹੱਦ ਖੁਸ਼ੀ ਆ ਕਿਉਂਕਿ ਤਿੰਨੇ ਕਾਨੂੰਨ ਰੱਦ ਹੋ ਗਏ ਨੇ ਪਰ ਅਸੀਂ ਇੱਥੋਂ ਜਾਣ ਵਾਲੇ ਨਹੀਂ ਹਾਂ ਜਦੋਂ ਤੱਕ MSP ਦੀ ਗਰੰਟੀ ਵੀ ਨਾਲ ਨਹੀਂ ਮਿਲ ਜਾਂਦੀ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਹੋ ਜਾਂਦੇ ਕਾਨੂੰਨ ਉਦੋਂ ਤੱਕ ਅਸੀਂ ਡਟੇ ਰਹਾਂਗੇ ਕਿਉਂਕਿ ਡਟੇ ਸੀ ਡਟੇ ਹਾਂ ਤੇ ਡਟੇ ਰਹਾਂਗੇ ਜਦੋਂ ਤੱਕ ਹੱਕ ਮਿਲ ਨਹੀਂ ਜਾਂਦੇ ਲਿਖਤੀ ਰੂਪ ਦੇ ਵਿੱਚ ਵੀ ਕਹਿ ਰਹੇ ਆ ਜਦੋਂ ਸਾਨੂੰ ਮਿਲ ਗਿਆ ਪ੍ਰੂਫ ਜਦੋਂ ਹੋ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਰੱਦ ਹੋ ਗਏ ਉਦੋਂ ਹੀ ਘਰਾਂ ਨੂੰ ਜਾਵਾਂਗੇ ਤੇ ਨਾਲ MSP ਦੀ ਗਰੰਟੀ ਵੀ ਲੈ ਕੇ ਜਾਵਾਂਗੇ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ ਪ੍ਰੋ ਪੰਜਾਬ TV ਟਿਕਰੀ ਬਾਰਡਰ